来 ਗਏ ਡਾਕਟਰ ਰਾਜ ਸਭਾ ਸਾਂਸਦ ਡਾਕਟਰ ਸੁਭਾਸ਼ ਚੰਦਰਾ ਹੋਰਾਂ ਨੇ ਵੀ ਪੀਐਮ ਵੱਲੋਂ ਲੈ ਗਏ ਇਸ ਫੈਸਲੇ ਦਾ ਸਵਾਗਤ ਕੀਤਾ ਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਹੁਣ ਵੀ ਉਹ ਆਪਣੇ ਪਰਿਵਾਰਾਂ ਕੋਲ ਵਾਪਸ ਜਾ ਸਕਦੇ ਨੇ ਨਾਲ ਹੀ ਉਹਨਾਂ ਨੇ ਕਿਹਾ ਕਿ ਕੇਂਦਰ ਦੇ ਇਸ ਫੈਸਲੇ ਨੂੰ ਇਤਿਹਾਸਿਕ ਦੱਸਦਾ ਸਤਿ ਸ਼੍ਰੀ ਅਕਾਲ ਤੇ ਨਮਸਤੇ ਸਭ ਤੋਂ ਪਹਿਲਾਂ ਮੈਂ ਜੀ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ प्रकाश पर्व दी बहुत-बहुत बधाइयां लाख-लाख बधाइयां देना ਤੇ ਇਸ प्रकाश पर्व दी खुशियां कई गुना ਵੱਧ ਗਈਆਂ ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ ਆਦਰਨੀય ਸ੍ਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੀ ਮੰਗ ਮੰਗਦੇ ਮੰਨਦੇ ਹੋਏ ਇਹ ਖੇਤੀ ਕਾਨੂੰਨ ਵਾਪਸ ਲੈ ਲਿਆ ਤੇ ਬਾਕੀ ਵੀ ਕਮੇਟੀਆਂ ਅਪਾਇੰਟ ਕੀਤੀਆਂ ਨੇ ਤਾਂ ਕਿ ਹਰ ਪ੍ਰਕਾਰ ਦੀ ਸਹੂਈਦਾ ਕਿਸਾਨਾਂ ਨੂੰ ਦਿੱਤੀ ਜਾ ਸਕਣ ਮੇਰੇ ਸਾਰੇ ਕਿਸਾਨ ਪਹਈਆ ਭਰਾਵਾਂ ਨੂੰ ਬੈਨਾ ਭਰਾਵਾਂ ਨੂੰ ਬਹੁਤ ਬਹੁਤ ਵਧਾਈਆਂ ਤੇ ਹੁਣ ਉਹਨਾਂ ਨੂੰ ਪ੍ਰਾਰਥਨਾ ਹੈ ਕਿ ਉਹ ਵੀ ਆਪਣੇ ਘਰਜਾਨ ਆਪਣੇ ਟੱਬਰ ਨੂੰ ਸਮਾਨ ਆਪਣੇ ਖੇਤੀਬਾੜੀ ਸਮਾਨ ਇੱਕ ਵਾਰ ਫੇਰ ਲੱਖ ਲੱਖ ਵਧਾਈਆਂ ਸਭ